Burger Jangmo. ਫਰਗਰ ਸ਼ਹਿਰ ਦੇ ਵਿੱਚ ਸਾਹਮਣੇ ਮੇਰੇ ਦੋਸਤ ਦਾ ਘਰ ਹੈ ਜੈਂਕਲ। ਮੈਂ ਜਿਹੜਾ ਮੇਰੀ ਵਸੀ ਡਰੋਨ 'ਚ ਆਇਆ ਅੱਜ, ਉਹਦੇ ਨਾਲ ਕੁਝ ਪ੍ਰੋਗਰਾਮ ਬਣਿਆ ਸੀ, ਕਿਤੇ ਮੂਵੀ ਬਣਾਉਣ ਵਾਲੇ ਨੇ। ਹਾਲੀ ਪ੍ਰੋਗਰਾਮ ਦਾ ਪੂਰਾ ਪਤਾ ਕਰਨੀ ਕਿ ਕਿਵੇਂ ਵੈਸੂ ਕਿਵੇਂ ਕਹਿਣਾ, ਇੱਥੇ ਹੀ ਉਹਦੀ ਬੈਠਕ 'ਚ ਬਹਿ ਕੇ ਡਿਸਾਈਡ ਕਰਨੇ ਹੈ। ਇਹ ਮੁਜ਼ੱਫਰਗੜ੍ਹ ਸ਼ਹਿਰ 'ਚ ਮੇਰੇ ਦੋਸਤ ਦਾ ਘਰ ਹੈ, ਇਹ ਉਹਦੀ ਬੈਠਕ ਹੈ। ਨਾਸ਼ਤਾ ਕਰੇ ਸੂੰ, ਕੁਝ ਵੀਡੀਓ ਦੇ ਬਾਰੇ ਪਲੈਨਿੰਗ ਕਰੇ ਸੂੰ, ਨਾਸ਼ਤਾ ਬਣਵਾਉਣ ਗਿਆ ਵਧੇ। ਦੋਸਤ ਘਰੋਂ ਨਿਕਲਿਆ ਹੈ, ਗੋਲ ਗੱਪੇ। ਦੋਸਤ ਦੇ ਘਰੋਂ ਨਿਕਲਿਆ ਹੈ, ਇਹ ਸਾਦਾਤ ਕਲੋਨੀ ਹੈ ਮੁਜ਼ੱਫਰਗੜ੍ਹ ਸ਼ਹਿਰ ਵਿੱਚ, ਇਹ ਜੋ ਫੈਸਲ ਸਟੇਡੀਅਮ ਹੈ, ਇਹ ਡੀ ਜੀ ਖਾਨ ਰੋਡ ਦੇ ਉੱਤੇ ਹੈ ਕਾਲੋਨੀ। ਰੋਡ ਟ੍ਰਿਪ ਕੋਲੋਂ ਪਹਿਲੇ ਚੈਕਿੰਗ ਲਾਜ਼ਮੀ ਹੈ। ਸ਼ੁਕਰ ਹੈ ਸ਼ਹਿਰ ਦੇ ਵਿੱਚ ਖੱਜੀ ਖੜੀ ਹੈ, ਸਾਰੇ ਬਸਤੀਆਂ ਤਾਂ ਭੱਠੀਆਂ ਵਾਲੇ ਖਾ ਗਏ ਖੱਜੀਆਂ ਵੀ। ਅੱਛਾ ਅਮੀਰ ਭਾਈ, ਪ੍ਰੋਗਰਾਮ ਕਿਆ ਹੈ? ਅਨਿਲ ਭਾਈ, ਪ੍ਰੋਗਰਾਮ ਇਹ ਹੈ ਕਿ ਇਨਸ਼ਾਅੱਲਾ ਤਾਲਾ ਸਫ਼ਰ ਮੁਜ਼ੱਫਰਗੜ੍ਹ ਤੋਂ ਸ਼ੁਰੂ ਸੀ। ਦੋਸਤਾਂ ਕੋਲੋਂ ਅੱਗੋਂ ਅਸਾਂ ਵੇਸੂ ਇੱਕ ਬੀ ਇਲਾਕਾ ਹੈ ਰੇਤਲਾ, ਇਹ ਦੌਰਾਨ ਅਸਾਂ ਮਤਲਬ ਮੁਜ਼ੱਫਰਗੜ੍ਹ ਸ਼ਹਿਰ ਕ੍ਰਾਸ ਵੇਸੂ ਦੇ ਵਿੱਚ ਮਹਿਮੂਦਕੋਟ, ਸਿਨਾਵਾ, ਕੋਟੇਦੂ, ਹੈਡ ਕੌਂਸਾ, ਕੌਂਸਾ ਸ਼ਹਿਰ ਬਣਾਉਣ ਦੇ ਬਾਅਦ ਕੌਂਸਾ ਸ਼ਹਿਰ ਕੋਲੋਂ ਅੱਗੋਂ ਇੱਕ ਰੇਤਲਾ ਇਲਾਕਾ ਹੈ, ਉਹ ਤੱਕ ਅਸਾਂ ਵੇਸੂ। ਇਹ ਹੈ ਮੁਜ਼ੱਫਰਗੜ੍ਹ ਟੂ ਮਹਿਮੂਦ ਕੋਟ ਰੋਡ। ਈ ਪਾਸੇ ਮਹਿਮੂਦ ਕੋਟ, ਈ ਪਾਸੇ ਮੁਜ਼ੱਫਰਗੜ੍ਹ ਸ਼ਹਿਰ, ਇਹ ਮਹਿਮੂਦ ਕੋਟ ਵਾਲੀ ਨਹਿਰ ਹੈ। ਮਹਿਮੂਦ ਕੋਟ ਵਾਲੀ ਨਹਿਰ ਰਹਿ ਗਈ ਪਿੱਛੋਂ, ਇਹ ਮਹਿਮੂਦ ਕੋਟ ਸ਼ਹਿਰ। ਇਹ ਅਸੀਂ ਜਾ ਕੇ ਸਟੋਪ ਕੀਤੇ ਇੱਥੋਂ, ਸਨਾਵਾ ਹੈ ਜਰਾ, ਸਨਾਵਾ ਉਹ ਵੇਖਲੇ 7-8 ਕਿਲੋਮੀਟਰ ਹੋ ਸੀ, ਕਨਫਰਮ ਕਹਿੰਦੀ ਬੋਰਡ ਲੱਗਾ ਖੜਾ 27 ਕਿਲੋਮੀਟਰ ਹੈ ਇੱਥੋਂ ਕੋਟ ਅੱਧੂ। ਥੋੜ੍ਹੇ ਜਿਹੇ ਏਰੀਅਲ ਸ਼ਾਰਟਸ ਗਏ ਇਹਨੂੰ, ਚੌਖਾ ਉੱਚਾ ਗਿਆ ਖੜਾ। ਅਮੀਰ ਭਾਈ ਡਰੋਨ ਉਡਾਰੀ ਖੜਨ, ਪਤਾ ਨਹੀਂ ਡਰੋਨ ਕਈ ਮੂਵੀ ਬਣੇ ਦਾ ਵਧੇ ਜਾਂ ਕਹਿਣ। ਬਾਈਪਾਸ ਤੇ ਆ ਗਏ ਹੈ ਕੋਟ ਅੱਧੂ ਸ਼ਹਿਰ ਵਿੱਚ, ਕੈਂਸੇ ਗਏ ਟ੍ਰੈਫਿਕ ਕੋਲੋਂ ਬਚਣ ਦੀ ਖਾਤਰ, ਬਾਰੀ ਬਾਰ ਨਿਕਲ ਆਏ ਹੈ। ਇਹ ਹੁਣ ਸ਼ੁਰੂ ਥੀਂਦੀ ਪਈ ਹੈ ਕੋਟ ਅੱਧੂ ਤੌਂਸਾ ਰੋਡ। ਇਹ ਹੈ ਸਹੀ ਦਰਿਆਏ ਸਿੰਧ ਦੇ ਉੱਤੇ ਤੌਂਸਾ ਬੈਰਾਜ। ਅਦਿਲ ਭਾਈ, ਕੀ ਚੈਲੇਂਜ? ਫਾਸੀ ਜੰਗਲੇ ਹਨ ਕਹਿਣਾ ਹੈ ਤਾਂ ਭਾਈ ਜਨ, ਮਕਾਮੀ ਆਵੇ ਜਾਂ ਟੁਰਨ ਫਿਰਨ ਆਵੇ? ਟੁਰਨ ਫਿਰਨ ਸਹੀ ਹੈ। ਤੌਂਸਾ ਤਹਿਸੀਲ ਜ਼ਿਲ੍ਹਾ ਡੀ ਜੀ ਖਾਨ ਦੀ, ਡੇਰਾ ਗਾਜ਼ੀ ਖਾਨ। ਅਸਾਂ ਮੁਜ਼ੱਫਰਗੜ੍ਹ 'ਚ ਆਏ ਹਾਂ, ਪੂਰਾ ਜ਼ਿਲ੍ਹਾ ਕ੍ਰਾਸ ਕਰ ਰਹੇ ਹਾਂ। ਤੌਂਸਾ ਬਰਾ 'ਤੇ ਥੋੜ੍ਹੀ ਜਿਹੀ ਸੈਰ ਕਰ ਗਈ ਅਤੇ ਹੁਣ ਵੇਸੂ ਤੌਂਸਾ ਸ਼ਹਿਰ। ਤੌਂਸਾ ਬਰਾਜ 'ਚੋਂ ਆ ਗਏ ਹੈ ਹੁਣ ਕੁੱਲ ਕੰਬਰ। ਮੇਰੇ ਖਿਆਲ ਹੈ ਤੌਂਸਾ ਬਰਾਜ ਜ਼ਿਲ੍ਹਾ ਮੁਜ਼ੱਫਰਗੜ੍ਹ ਦੀ ਹਦੂਦ 'ਚ ਹੈ, ਕਿਉਂਕਿ ਜਿਹੜੇ ਅਸਾਂ ਨਿਕਲਦੇ ਹੈ ਅੱਗੋਂ ਇੱਕ ਪੁਲਿਸ ਦਾ ਬੋਰਡ ਲੱਗਾ ਖੜਾ ਹੋ ਜਾ ਰਹਾ ਹੁੰਦਾ, ਵੈਲਕਮ ਟੂ ਡੀ ਜੀ ਖਾਨ ਡਿਸਟ੍ਰਿਕਟ। ਮੇਰੇ ਖਿਆਲ ਹੈ ਤੌਂਸਾ ਬਰਾਜ ਜ਼ਿਲ੍ਹਾ ਮੁਜ਼ੱਫਰਗੜ੍ਹ ਦੀ ਹਦੂਦ 'ਚ ਜਾਂ ਜਿਵੇਂ ਦੀ ਪਈ ਹੈ। ਇਹ ਹੈ ਪੁਲ ਕੰਬਰ, ਅਸਾਂ ਹੁਣ ਕਿਤੇ ਵਜਣਾ ਸੱਜੇ ਖੱਬੇ? ਸੱਜੇ।
ਹੁਣ ਟੋਲ ਟੈਕਸ ਪੇ ਕੀਤੇ ਸੀ। ਥਾਣਾ ਹਦੂਦ ਸਦਰ ਤੌਂਸਾ ਸ਼ੁਰੂ ਥੀ ਗਈ ਹੈ। ਤਹਿਸੀਲ ਤੌਂਸਾ ਇੱਚ ਕੀ ਜਾਏ ਕਰੀਮ ਵਾਲਾ, ਤੌਂਸਾ ਰਹਿ ਗਏ 20 ਕਿਲੋਮੀਟਰ, ਤੌਂਸਾ ਸ਼ਰੀਫ ਰਹਿ ਗਏ 3 ਕਿਲੋਮੀਟਰ ਅਤੇ ਰੇਤੜਾ 29 ਕਿਲੋਮੀਟਰ। ਬੰਦਾ ਅਗਰ ਤੌਂਸਾ ਸ਼ਹਿਰ ਆਵੇ ਤਾਂ ਸੰਜਰਾਨੀ ਮੰਠਾਰ ਗੁਲਫਾ ਨਾ ਖਾਵੇ, ਜ਼ਿਆਦਤੀ ਹੈ। ਰਾਤ ਮੈਂ ਆਪਣੇ ਫੇਸਬੁੱਕ ਵਾਲੇ ਪੇਜ 'ਤੇ ਪੋਸਟ ਕੀਤੀ ਵੀ ਨਾ ਅਸਾਂ ਤੌਂਸਾ ਵੇਸੂੰ, ਅਤੇ ਫਿਰ ਆਪਣੇ ਕਮੈਂਟਸ ਕੀਤਾ ਸੰਜਰਾਨੀ ਦਾ ਗੁਲਫਾ ਅਤੇ ਬਸ਼ਕੂ ਦਾ ਹਲਵਾ ਜ਼ਰੂਰ ਖਵਾਏ। ਮਿਸ਼ਨ ਨੰਬਰ 1 ਤਾਂ ਕੰਪਲੀਟ ਸੀਗੇ, ਸੰਜਰਾਨੀ ਦਾ ਗੁਲਫਾ ਖਾ ਗਏ ਸੀ, ਪਰ ਇੱਥੇ ਸਾਨੂੰ ਪਤਾ ਲੱਗੇ ਵੀ ਸਰਾਇਕੀ ਹੋਟਲ ਤੋਂ ਚਾਹ ਵੀ ਜ਼ਰੂਰ ਪੀਵਾ ਹੈ। ਹਾਂ ਕਿ ਵੀਡੀਓ ਇਹਦੇ ਉੱਤੇ ਦੇਗੀ ਨਹੀਂ ਮੀਰ ਭਾਈ। ਹੁਣ ਸਰਾਇਕੀ ਹੋਟਲ ਦੀ ਚਾਹ ਅਤੇ ਬਸ਼ਕੂ ਦਾ ਹਲਵਾ ਬੋਲੂੰ। ਸਰਾਇਕੀ ਹੋਟਲ ਕਿੱਥੇ ਹੈ? ਅੱਛਾ, ਚੌਕ ਦੇ ਨਾਲ ਹੈ ਤੇ ਆਪਣਾ ਬਖਸ਼ੂ ਦਾ ਹਲਵਾ ਉਹ ਲੰਮੇ ਦੇ। ਇਹ ਪਿੱਛੋਂ ਹੈ ਕਲਮਾ ਚੌਕ, ਹੁਣ ਅਸਾਂ ਆ ਗਏ ਹੈ ਸਰਾਇਕੀ ਹੋਟਲ ਦੇ। ਸਰਾਇਕੀ ਹੋਟਲ ਦੀ ਚਾਹ ਲਾਜ਼ਮੀ ਟਰਾਈ ਕਰਨੀ ਹੈ। ਸਰਾਇਕੀ ਹੋਟਲ ਦੇ ਆਏ ਬੈਠੇ ਚਾਹ ਦਾ ਆਰਡਰ ਦੇ ਦਿੱਤੇ ਸੀ। ਕਿੰਨੇ ਲੈਂਦੀ ਹੈ ਚਾਹ? ਚਾਹ ਕਿੰਨੇ ਦੀ ਹੈ ਭਾਅ ਜੀ? 20 ਰੁਪਏ ਦੀ। ਅਮੀਰ ਵੀ ਚਾਹ ਨੂੰ 10 ਵਿੱਚੋਂ ਕਿਤੇ ਨੰਬਰ ਦੇ ਸੋ? ਇਹ ਚਾਹ ਨੂੰ 10 ਵਿੱਚੋਂ 9.5 ਨੰਬਰ। ਸਰਾਇਕੀ ਹੋਟਲ ਦੀ ਚਾਹ ਪੀ ਕੀਤੀ ਸੀ, ਸੰਜਰਾਨੀ ਦਾ ਖਾਧੇ ਸੀ ਕੁਲਫਾ, ਬਸ਼ਕੂ ਦਾ ਹਲਵਾ ਕਹਿਣਾ ਖਾ ਸਕਦੇ ਹੋ, ਉੱਪਰੇ ਹੈ। ਹੁਣ ਅਸਾਂ ਇਸ ਨੂੰ ਤੌਂਸਾ ਸ਼ਹਿਰ ਚੁਕੇ ਸੂ ਰੇਤੜਾ। ਇਹ ਤੌਂਸਾ ਅਤੇ ਰੇਤੜਾ ਦੀ ਆਧਲੇ 'ਚ ਜਾਏ ਇਹ ਮੌਜ਼ਾ ਪੱਤੀ ਖਰ, ਤਹਿਸੀਲ ਤੌਂਸਾ, ਜ਼ਿਲ੍ਹਾ ਡੇਰਾ ਗਾਜ਼ੀ ਖਾਨ। ਇੱਥੇ ਬੈਠਕ ਵਿੱਚ ਥੋੜ੍ਹੀ ਜਿਹੀ ਦੇਰ ਆਰਾਮ ਕਰਦੇ ਹੈ, ਵੱਲ ਵਸਤੀ ਫਿਰਦੇ ਹੈ। ਕਿਆ ਸੀਨ ਹੈ! ਬੈਠਕ ਵਿੱਚ ਰੈਸਟ ਕਰ ਗਈ ਦਾ ਹੱਸੇ, ਟੁੱਕਰ ਖਾ ਗਈ ਦਾ ਹੱਸੇ। ਹੁਣ ਇੱਥਾਂ ਦਰਿਆਏ ਸਿੰਧ ਦਾ ਵਹੀਰ ਹੈ, ਵਹੀਰਾ ਕਿੱਥੋਂ ਆ ਦੇ, ਜਿਹੜੀ ਮੇਨ ਦਰਿਆ ਦੇ ਵਿੱਚੋਂ ਛੋਟੀ ਜਿਹੀ ਸ਼ਾਖ ਨਿਕਲੀ ਪਈ ਹੁੰਦੀ ਹੈ, ਉੱਥਾਂ ਆਏ ਵਧੇ ਹੈ। ਕੁਝ ਫੁੱਟ 'ਚ ਬਣਦੇ ਹੈ। ਇਹ ਪਿੱਛੋਂ ਗੰਨਾ ਹੈ, ਯਾਨੀ ਕਿ ਕਮਾਂਦ। ਇਹ ਪਿੱਛੋਂ ਜਿਹੜੀ ਚਿੱਟੀ ਚਿੱਟੀ ਹੈ, ਕੂੰਦ ਰਹਿ ਕੇ ਵੀ ਸ਼ਹਿ। ਡਰੋਨ ਪਾਇਲਟ ਸਾਹਿਬ ਕੋਈ ਮੁਨਾਸਿਬ ਜਾਗ ਲੈਂਦੇ ਵਧੇ ਡਰੋਨ ਉਡਾਰਨ ਵਾਸਤੇ। ਇਹ ਜਿਹੜੇ ਬਿਰਾ ਦਾ ਡਰੋਨ ਹੈ, ਇਹ ਦੁਬਈ ਜੋਬ ਕਰਦੇ। ਇਹ ਡਰੋਨ ਘਰ ਰੱਖਦੇ ਵੇਸੀ ਪੀਆ, ਅਤੇ ਸਰਾਇਕੀ ਇਲਾਕਾ ਬਹੁਤ ਖੂਬਸੂਰਤ ਹੈ। ਇਹੋ ਐਕਸਪਲੋਰ ਕਰਨ ਵਾਸਤੇ ਆਪਣਾ ਡਰੋਨ ਗਿਣਾ ਪੋਸੀ, ਅਤੇ ਆਪਣਾ ਡਰੋਨ ਗਿਣਨ ਵਾਸਤੇ ਮੈਂ ਇੱਕ ਪਲਾਨ ਹੈ। ਜਿਵੇਂ ਮੈਂ ਪੇਡ ਪ੍ਰੋਜੈਕਟ ਕੀਤੇ ਹਨ, ਇਹ ਮਾੜਾ ਸ਼ਹਿਰ, ਇਹ ਖਾਨਗੜ੍ਹ, ਵਸਤੀ ਮੰਦੌਰ, ਚੌਕ ਨਜ਼ੀਰ ਵਾਲਾ, ਮੱਖਣ ਮੇਲਾ, ਇਹ ਮੈਂ ਵੀਡੀਓਜ਼ ਬਣਾਏ ਹਨ, ਪੈਸੇ ਗਿਣਦੇ, ਪੈਸੇ ਜ਼ਿਆਦਾ ਵੀ ਕਹਿ। ਇਹ ਜੇ ਬੇ ਵੀ ਪ੍ਰੋਜੈਕਟ ਮਿਲੇ ਨਾ, ਤੁਸੀਂ ਮੇਰੇ ਨਾਲ ਇਨਬੋਕਸ 'ਚ ਰਾਬਤਾ ਕਰੋ ਵੀ ਕਿਆ ਖਰਚਾ। ਢੇਰ ਸਾਰੇ ਬੰਦੇ ਆਖਿਆ ਵੀ ਐਸਾ ਪ੍ਰੋਜੈਕਟ ਦੇ, ਕੋਈ ਸ਼ਹਿਰ ਸੁਲਤਾਨ ਦਾ, ਕੋਈ ਜਤੋਈ ਦਾ, ਕੋਈ ਮੋਚੀ ਵਾਲੀ ਦਾ, ਕੋਈ ਦਰਿਆ ਦੇ ਪਾਰ ਦਾ। ਹਾਲੇ ਤੱਕ ਉਹ ਪ੍ਰੋਜੈਕਟ ਕਹਿ ਨਹੀਂ ਹੈ, ਇਹ ਪ੍ਰੋਜੈਕਟ ਤਸਲਸਲ ਨਾਲ ਮਿਲਦੇ ਰਹਿਣ, ਜ਼ਿਆਦਾ ਖਰਚਾ ਵੀ ਕਹਿ ਨਹੀਂ ਹੁੰਦਾ। ਤੁਸੀਂ ਮੇਰੇ ਨਾਲ ਵਟਸਐਪ 'ਤੇ ਰਾਬਤਾ ਕਰਿਆ, ਮੈਂ ਤੁਹਾਨੂੰ ਕਿਸੇ ਨਾ ਮੈਂ ਕਿਆ ਚਾਰਜ ਕਰੇ ਸਾਂ, ਅਤੇ ਇਹ ਮੁਸਲਸਲ ਪ੍ਰੋਜੈਕਟ ਮਿਲਦੇ ਰਹਿ ਵਜਨ। ਡਰੋਨ ਵਾਸਤੇ ਆਰਾਮ ਨਾਲ ਪੈਸੇ ਇਕੱਠੇ ਥੀਵੇ ਸਨ, ਅਤੇ ਸਰਾਇਕੀ ਇਲਾਕਾ ਐਕਸਪਲੋਰ ਕਰੇ ਸੂ। ਸਰਾਇਕੀ ਇਲਾਕੇ 'ਚ ਬਹੁਤ ਕੁਝ ਹੈ, ਯਕੀਨ ਕਰੋ ਬਹੁਤ ਕੁਝ ਹੈ। ਦਰਿਆ ਦੀ ਭਰ 'ਤੇ ਖੜ੍ਹੇ ਹੈ ਤਾਂ ਸਰਾਇਕੀ ਦੀ ਜ਼ਰਬੁਲ ਮਿਸਲ ਸੁਣਾਵਾਂ ਦਰਿਆ ਦੇ ਹਵਾਲੇ ਨਾਲ। ਦਰਿਆ ਦਾ ਹਮਸਾਇਆ ਨਾ ਭੁੱਖਾ ਨਾ ਤ੍ਰਿਸਾ, ਆਵਾਜ਼ ਨਹੀਂ ਪਈ ਹੈ, ਡਰੋਨ ਹਵਾ 'ਚ ਲਾਂਚ ਠੀਕ ਹੈ। ਹਵਾ 'ਚ ਖੜ ਗਏ, ਆਪੇ ਵਾਪਸ ਆਉਂਦਾ ਪਏ, ਕੰਟਰੋਲ ਨਾਲ ਲਾ ਲੈਂਦਾ, ਰਾਬਤਾ ਮੁਨਕਤਾ ਠੀਕ ਹੈ। ਪਹਿਲੀ ਫਲਾਈਟ ਕਰ, ਦੂਜੀ ਫਲਾਈਟ ਵਾਸਤੇ ਤਿਆਰ ਥੀਂਦਾ ਪਏ। ਹੁਣ ਅਮੀਰ ਭਾਈ ਕੋ ਘੱਟ ਹਾਈਟ 'ਤੇ ਰੱਖ ਦੇ, ਤਾਂ ਪਾਣੀ ਦੀ ਫੋਟੇਜ ਬਣਾਉਣੀ ਹੈ ਦਰਿਆ ਦੀ। ਉਹ ਜਿਹੜਾ ਦਰਿਆ ਦੇ ਵਿੱਚ ਜ਼ਜ਼ੀਰੇ ਹੁੰਦੇ ਉੱਤੇ ਗਿਆ ਵਧੇ ਨਾ।